ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ। ਅਤੇ ਕੁਦਰਤੀ ਖੇਤੀ ਵਿੱਚ ਹਰੇਕ ਚੀਜ਼ ਦਾ ਉਤਪਾਦਨ ਵੀ ਠੀਕ ਹੁੰਦਾ ਅਤੇ ਘੱਟ ਸਾਂਭ ਸੰਭਾਲ ਨਾਲ ਵਧੀਆ ਫਰੂਟ ਪ੍ਰਾਪਤ ਹੋ ਜਾਂਦਾ। ਮਤਲਬ ਕਿ ਹੁਣ ਜਿਹੜਾ ਇਹ ਅੰਬ ਦਾ ਬੂਟਾ ਜੀ, ਇਹਦੀ ਖਾਤਰ ਕੋਈ ਜ਼ਿਆਦਾ ਸਾਂਭ ਸੰਭਾਲ ਨਹੀਂ ਕੀਤੀ ਗਈ, ਪਰ ਫਿਰ ਵੀ ਇਹਦੇ ਕੋਲ ਫਲ ਬਹੁਤ ਜ਼ਿਆਦਾ ਲੱਗਿਆ ਹੋਇਆ, ਕਿਉਂਕਿ ਉਤਪਾਦਨ ਹਰੇਕ ਪੌਦਾ ਆਪਣਾ ਪੂਰਾ ਵਧਾਉਂਦਾ। ਜਿਵੇਂ ਹੁਣ ਇਹਦੇ ਹੇਠਾਂ ਦਾ ਏਰੀਆ ਦੇਖੋ, ਜੇ ਕੋਈ ਖਾਸ ਕਚਰਾ ਕੁਚਰਾ ਪਿਆ ਜਿਹੜਾ ਕਿ ਇਹਦੀ ਜ਼ਰੂਰਤ ਹੈ, ਅਤੇ ਨਵੇਂ ਪੱਤੇ ਵੀ ਆ ਰਹੇ ਨੇ, ਫਲ ਵੀ ਲੱਗ ਰਿਹਾ। ਇਹ ਸਾਰਾ ਕੁਦਰਤੀ ਖੇਤੀ 'ਚ ਬੜੇ ਆਰਾਮ ਨਾਲ ਹੋ ਜਾਂਦਾ ਅਤੇ ਤਕਰੀਬਨ ਕਾਫੀ ਫਲ ਲੱਗਿਆ ਹੋਇਆ। ਬਾਕੀ ਅਲੱਗ ਅਲੱਗ ਫਰੂਟ ਨੇ, ਕਿਉਂਕਿ ਕਿਸਾਨ ਕੋਲ ਜਿੰਨੇ ਕੁਦਰਤੀ ਖੇਤੀ ਜ਼ਿਆਦਾ ਫਲਦਾਰ ਬੂਟੇ ਹੋਣਗੇ, ਉਨੀ ਉਹਦੀ ਰਸੋਈ ਲਈ ਉਹਦੇ ਘਰ ਲਈ ਵਧੀਆ ਹੋਣਗੇ। ਸੋ ਫਲ ਤਾਂ ਅੰਬ ਛੋਟੇ ਨੇ, ਅੱਗੇ ਜਾਂ ਵੱਡੇ ਹੋਣਗੇ ਫਿਰ ਆਪਾਂ ਅਗਲੀ ਗੱਲ ਕਰਾਂਗੇ। ਕਿਸਾਨ ਦੋਸਤੋ, ਹੁਣ ਆਪਾਂ ਗੱਲ ਕਰਾਂਗੇ ਅਨਾਰ ਦੀ। ਧਰਤੀ ਦੇਖੋ ਐਨ ਸੁੱਕੀ ਹੋਈ ਆ, ਥੱਲੇ ਬਿਰਮੀਆਂ ਬਣੀਆਂ ਹੋਈਆਂ ਸਨ। ਅਨਾਰ ਇੱਕ ਕਾਫੀ ਮਹਿੰਗਾ ਫਲਦਾਰ ਬੂਟਾ ਅਤੇ ਕਾਫੀ ਮਾਤਰਾ 'ਚ ਲੱਗਦਾ ਰਹਿੰਦਾ, ਅਤੇ ਖਾਸ ਗੱਲ ਹੈ ਇਹ ਬੂਟਾ ਸਭ ਤੋਂ ਵੱਧ ਸੁੱਕਾ ਚੱਲ ਸਕਦਾ ਅਤੇ ਕੀਮਤ ਵੀ ਵੱਧਦਾ, ਕਾਫੀ ਲੰਬੇ ਸਮੇਂ ਤੱਕ ਇਹ ਫਲ ਦਿੰਦਾ ਰਹਿੰਦਾ। ਹੁਣ ਫਲ ਵੀ ਲੱਗੀ ਜਾਂਦਾ ਇਹਨੂੰ, ਅੱਗੇ ਫੁੱਲ ਵੀ ਆਈ ਜਾਣੇ ਆ ਅਤੇ ਪੱਤਿਆਂ ਦੀ ਵੀ ਸੋਹਣੀ ਰੌਣਕ ਰਹਿੰਦੀ ਆ। ਜਾਣੀ ਪੱਤਿਆਂ ਤੋਂ ਲੱਗਦਾ ਵੀ ਇਹਨੂੰ ਪਾਣੀ ਦੀ ਕੋਈ ਕਮੀ ਨਹੀਂ ਹੈਗੀ, ਜਿਵੇਂ ਧਰਤੀ ਸੁੱਕੀ ਪਈ ਆ ਪੱਤੇ ਬਿਲਕੁਲ ਹਰੇ ਨੇ, ਜੇ ਉੱਪਰ ਨੂੰ ਦੇਖਾਂਗੇ ਤਾਂ ਮਤਲਬ ਪੂਰੀ ਹਰਿਆਲੀ ਨਜ਼ਰ ਆਉਂਦੀ ਆ। ਸੋ ਕੁਦਰਤੀ ਖੇਤੀ ਵਿੱਚ ਜਦੋਂ ਮਿੱਟੀ 'ਚ ਬਦਲਾਅ ਆਉਣੇ ਆ, ਉਦੋਂ ਆਪਣੇ ਬਹੁਤ ਸਾਰੇ ਵਹਿਮ ਬਾਹਰ ਨਿਕਲ ਜਾਂਦੇ ਨੇ ਅਤੇ ਆਪਾਂ ਨੂੰ ਉਹ ਖੇਤੀ ਦਾ, ਕਿਉਂਕਿ ਜਦੋਂ ਪੰਛੀ ਅਤੇ ਸੂਖਮ ਜੀਵ ਸਾਰਾ ਕੁਝ ਉਸ ਮਿੱਟੀ ਨਾਲ ਜੁੜ ਗਿਆ ਤਾਂ ਉਹ ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਮਿੱਟੀ ਕੰਮ ਦੀ ਆ, ਇੱਥੇ ਰਹਿਣ ਯੋਗ ਧਰਤੀ ਆ, ਕੁਦਰਤ ਦਾ ਸਿਸਟਮ ਸਹੀ ਚੱਲ ਰਿਹਾ ਅਤੇ ਪੱਤਿਆਂ ਨੂੰ ਕੋਈ ਬਿਮਾਰੀ ਨਹੀਂ ਹੈਗੀ। ਅਤੇ ਇਸ ਤਰ੍ਹਾਂ ਹੀ ਕੁਦਰਤੀ ਖੇਤੀ 'ਚ ਅਨਾਰ ਦਾ ਵੀ ਹੋ ਰਿਹਾ ਵਧੀਆ। ਕਿਸਾਨ ਦੋਸਤੋ, ਇਹ ਇੱਕ ਨਿੰਬੂ ਜਾਤੀ ਦਾ ਫਲ ਆ, ਇਹਦਾ ਨਾਮ ਮਿੱਠਾ। ਜਦੋਂ ਗਰਮੀ ਤੋਂ ਸਰਦੀ ਸ਼ੁਰੂ ਹੋਣੀ ਆ, ਕਿਉਂਕਿ ਨਿੰਬੂ ਜਾਤੀ ਵਿੱਚ ਫਰੂਟ ਦੇ ਵਿੱਚ ਮਿੱਠਾ ਹੀ ਸਭ ਤੋਂ ਪਹਿਲਾਂ ਫਲ ਆਉਂਦਾ। ਬਹੁਤ ਲੰਬੇ ਸਮੇਂ ਤੋਂ ਇਹਨੂੰ ਆਪਾਂ ਨੇ ਰੋਕੇ ਸੀਗੇ ਵੀ 8-9 ਛੱਡੇ ਤੋਂ ਦੇਖਦੇ ਵੀ ਕਦ ਝੜਨਗੇ। ਕੁਝ ਤਾਂ ਚੋਰੀ ਹੋ ਗਏ ਕਿਉਂਕਿ ਲੋਕ ਇਹਨੂੰ ਨਿੰਬੂ ਦੇ ਭੁਲੇਖੇ ਲੈ ਜਾਂਦੇ ਨੇ, ਪਰ ਦੋ ਹਾਲੇ ਵੀ ਰਹਿੰਦੇ ਨੇ। ਹੁਣ ਗੱਲ ਇਹ ਆ ਵੀ ਜਦੋਂ ਫਰੂਟ ਪੱਕਦਾ ਤਾਂ ਉਹਨੇ ਹੇਠਾਂ ਡਿੱਗਣਾ ਹੁੰਦਾ, ਪਰ ਕੁਦਰਤੀ ਖੇਤੀ ਵਿੱਚ ਪਤਾ ਨਹੀਂ ਕੀ ਬਦਲਾਅ ਆਉਂਦੇ ਨੇ ਤਾਂ ਉਹ ਫਰੂਟ ਹਾਲੇ ਤੱਕ ਨਹੀਂ ਡਿੱਗੇ ਹੈਗੇ, ਨਾਲ ਲੱਗੇ ਹੋਏ ਨੇ। ਜਦੋਂ ਕਿ ਆਪ ਜੀ ਦੇਖੋ ਇਹ ਨਵਾਂ ਫਰੂਟ ਵੀ ਆ ਚੁੱਕਿਆ ਮਿੱਠੇ ਦਾ। ਹੁਣ ਪੁਰਾਣਾ ਫਰੂਟ ਉਹ ਝਾੜਦਾ ਨਹੀਂ ਗਾ, ਉਹ ਤੋੜਨ 'ਤੇ ਟੁੱਟਦਾ। ਸੋ ਇਹ ਕੁਦਰਤੀ ਖੇਤੀ ਵਿੱਚ ਇਹ ਬਹੁਤ ਕੁਝ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਦੇਖੋ ਹੁਣ ਨਵਾਂ ਫਰੂਟ ਆ ਚੁੱਕਿਆ, ਪੁਰਾਣਾ ਝੜਿਆ ਨਹੀਂ ਗਾ, ਅਤੇ ਇਸੇ ਤਰ੍ਹਾਂ ਇਹਦੇ ਥੱਲੇ ਆਪਾਂ ਨੇ ਮਲਚਿੰਗ ਕੀਤੀ ਹੋਈ ਆ। ਇਹ ਜੀ ਕਿੰਨੂ ਆ, ਪੱਤੇ ਦੇਖੋ ਇਹਦੇ ਠੀਕ ਠਾਕ ਨੇ ਅਤੇ ਫਲ ਵੀ ਇਹਨੂੰ ਆਇਆ ਹੋਇਆ। ਬਾਕੀ ਜਿਉਂ ਜਿਉਂ ਸਾਈਜ਼ ਵੱਡਾ ਹੋਊਗਾ ਉਸ ਤਰ੍ਹਾਂ ਇਹਦਾ ਪਤਾ ਲੱਗ ਜਾਊਗਾ। ਕਿਸਾਨ ਦੋਸਤੋ, ਇਹ ਜੋ ਫਲ ਹੈ ਇਹ ਫਾਲਸੇ ਦਾ ਜੀ, ਅਤੇ ਹਾਲੇ ਬਰੀਕ ਸ਼ੁਰੂ ਹੋ ਚੁੱਕਿਆ। ਕਹਿਣ ਦਾ ਮਤਲਬ ਹੈ ਕੁਦਰਤੀ ਖੇਤੀ ਵਿੱਚ ਜਿੰਨਾ ਫਲ ਲੱਗਣਾ ਤੋਂ ਕਈ ਗੁਣਾ ਵੱਧ ਲੱਗ ਸਕਦਾ,
ਪਰ ਆਪਾਂ ਨੂੰ ਨੇਚਰ ਨੂੰ ਸਮਝਣਾ ਹੋਊਗਾ। ਹੁਣ ਆਹ ਦੇਖੋ ਇਸ ਤਰ੍ਹਾਂ ਲੱਗੇ ਹੋਏ ਨੇ, ਇੱਕ ਛੋਟੇ ਸਾਈਜ਼ ਦਾ ਫਲ ਹੁੰਦਾ ਅਤੇ ਕਾਫੀ ਉਹਦੀ ਕੀਮਤ ਹੁੰਦੀ ਆ। ਆਪਾਂ ਨੂੰ ਕੁਦਰਤੀ ਖੇਤੀ ਵਿੱਚ ਰੁੱਖਾਂ ਨਾਲ ਜੁੜਨਾ ਚਾਹੀਦਾ ਅਤੇ ਉਸ ਕੁਦਰਤ ਤੋਂ ਆਪਾਂ ਨੂੰ ਲਾਭ ਲੈਣਾ ਚਾਹੀਦਾ। ਇਹ ਇੱਕ ਰੱਬ ਦਾ ਕਿਸਾਨਾਂ ਲਈ ਬਖਸ਼ਿਆ ਤੋਹਫ਼ਾ, ਨੇਚਰ ਨੂੰ ਬਚਾਉਣਾ ਅਤੇ ਉਹ ਤੋਂ ਬਹੁਤ ਕੁਝ ਮਿਲ ਸਕਦਾ। ਜਿਹੜੀਆਂ ਜੜੀ ਬੂਟੀਆਂ ਆਹ ਫਰੂਟ ਜੋ ਫਲਸ ਆ ਇਹ ਆਮ ਮਾਰਕੀਟ 'ਚ ਵਿਕਦਾ ਹੀ ਨਹੀਂ ਹੈਗਾ, ਕਿਉਂਕਿ ਫਰੀਕ ਫੂਟ ਫਲ ਹੋਣ ਕਰਕੇ ਤਾਂ ਕੋਈ ਮਿਹਨਤ ਨਹੀਂ ਕਰਦਾ। ਜੇ ਕਿਸਾਨ ਇਹਨੂੰ ਪੈਦਾ ਕਰਦਾ ਤਾਂ ਇਹਦੀ ਕੀਮਤ ਵੀ ਕਾਫੀ ਜ਼ਿਆਦਾ ਹੁੰਦੀ ਆ, ਲੱਗਦਾ ਵੀ ਕਾਫੀ ਆ, ਪੰਛੀ ਵੀ ਸੋਹਣਾ ਖਾਂਦੇ ਨੇ। ਸੋ ਇਸ ਤਰ੍ਹਾਂ ਦੇ ਬੂਟੇ ਲਾਵਾਂਗੇ ਤਾਂ ਆਪਣਾ ਖੇਤ ਆ ਜਿਹੜਾ ਉਹਦੀ ਰੌਣਕ ਵੀ ਵਧੂਗੀ ਅਤੇ ਆਪਣੇ ਕੋਲ ਆਪਣੀ ਰਸੋਈ ਲਈ ਉਹ ਫਲ ਪ੍ਰਾਪਤ ਹੋ ਸਕਦੇ ਨੇ ਜਿਹੜੇ ਆਮ ਆਪਾਂ ਨੂੰ ਮਾਰਕੀਟ 'ਚ ਨਹੀਂ ਮਿਲਦੇ। ਸੋ ਆਹ ਦੇਖੋ ਹੁਣ ਤੁਸੀਂ ਇਹ ਜਣੀ ਸਾਰਾ ਹੀ ਫਰੂਟ ਨਾਲ ਭਰਿਆ ਪਿਆ। ਸੋ ਕਾਫੀ ਜ਼ਿਆਦਾ ਲੱਗਦਾ, ਮਤਲਬ ਇੱਕ ਜਗ੍ਹਾ 'ਤੇ ਆਪਾਂ ਅਣਗਿਣਤ ਕਹਿ ਸਕਦੇ ਹਾਂ। ਕਿਸਾਨ ਦੋਸਤੋ, ਜਦੋਂ ਆਪਾਂ ਕੁਦਰਤ ਨਾਲ ਜੁੜਦੇ ਹਾਂ ਤਾਂ ਕੁਦਰਤ ਕੋਈ ਚੀਜ਼ ਦੀ ਕਮੀ ਨਹੀਂ ਰੱਖਦੀ। ਇਹ ਆਪਣੇ ਆਲੂ ਬਖਾਰਾ ਜੀ, ਹੁਣ ਇਹ ਰੰਗ ਬਦਲਣ ਲੱਗ ਗਿਆ, ਪੰਛੀਆਂ ਦਾ ਵੀ ਹਮਲਾ ਚੱਲਦਾ ਰਹਿੰਦਾ। ਸੋ ਪਰਮਾਤਮਾ ਦੀ ਰਜ਼ਾ 'ਚ ਜੋ ਕੁਝ ਹੋ ਰਿਹਾ ਸਹੀ ਹੋ ਰਿਹਾ। ਤੁਸੀਂ ਦੇਖੋ ਵੀ ਇਹ ਕੁਦਰਤੀ ਖੇਤੀ ਵਿੱਚ ਮਤਲਬ ਇੰਨਾ ਜ਼ਿਆਦਾ ਫਲ ਚੱਕਦੇ ਨੇ ਵੀ ਉਹ ਸੋਚਣਾ ਮੁਸ਼ਕਲ ਹੋ ਜਾਂਦਾ ਵੀ ਇਹਨਾਂ ਨੇ ਕਿਵੇਂ ਚੱਕ ਲਿਆ, ਜਦੋਂ ਮੈਂ ਤਾਂ ਇਹਦੇ ਲਈ ਕੋਈ ਇੰਨਾ ਖਾਸ ਨਹੀਂ ਕੀਤਾ, ਸਿਰਫ ਮਤਲਬ ਜੋ ਕੁਦਰਤ ਦਾ ਰੂਲ ਆ ਉਹ ਹਿਸਾਬ ਨਾਲ ਚੱਲੇ ਹਾਂ। ਆਹ ਥੱਲੇ ਧਰਤੀ 'ਤੇ ਮਲਚਿੰਗ ਹੈ ਅਤੇ ਹੁਣ ਰੰਗ ਬਦਲ ਰਿਹਾ, ਮਤਲਬ ਇਹ 'ਚ ਬਹਾਰ ਆਈ ਹੋਈ ਆ। ਅਤੇ ਇਹ ਜਿਹੜਾ ਫਲ ਆ ਆਲੂ ਬੁਖਾਰਾ, ਮੇਰੇ ਹਿਸਾਬ ਨਾਲ ਇਹਦੀ ਕੀਮਤ ਘੱਟੋ ਘੱਟ 80 ਰੁਪਏ ਤਾਂ ਹੋਊਗੀ, 11 ਮੁਕਤ ਦੀ ਹੋਰ ਜ਼ਿਆਦਾ ਵੀ ਹੋ ਸਕਦੀ ਹੈ। ਸੋ ਆਪਣੇ ਖੇਤਾਂ ਵਿੱਚ ਇਸ ਤਰ੍ਹਾਂ ਦੇ ਫਲ ਹੋ ਸਕਦੇ ਨੇ ਅਤੇ ਖਾਸ ਗੱਲ ਆ ਵੀ ਘੱਟ ਸਾਂਭ ਸੰਭਾਲ ਨਾਲ ਹੋ ਸਕਦੇ ਨੇ। ਬਹੁਤ ਜ਼ਿਆਦਾ ਫਲ ਲੱਗਿਆ ਹੋਇਆ, ਤਕਰੀਬਨ ਇਹ ਸਾਰਾ ਕੁਦਰਤੀ ਖੇਤੀ ਆਰਾਮ ਨਾਲ ਹੋ ਸਕਦਾ। ਜਿਹੜੇ ਆਪਣੇ ਵਹਿਮ ਹੁੰਦਾ ਵੀ ਨਦੀਨ ਹੋ ਗਿਆ ਜੀ, ਉਹ ਸਾਂਭਣਾ ਔਖਾ ਹੋ ਜੂਗਾ। ਆਹ ਦੇਖੋ ਨਦੀਨ ਵੀ ਖੜ੍ਹੇ ਨੇ। ਸੋ ਆਪਾਂ ਨੂੰ ਕੁਦਰਤੀ ਖੇਤੀ ਨਾਲ ਜੁੜ ਕੇ ਆਪਣੀ ਰਸੋਈ ਲਈ ਜ਼ਹਿਰ ਮੁਕਤ ਭੋਜਨ ਹੀ ਨਹੀਂ, ਸ਼ੁੱਧ ਖੁਰਾਕੀ ਤੱਤਾਂ ਨਾਲ ਭਰਪੂਰ ਭੋਜਨ ਪੈਦਾ ਕਰਨਾ ਚਾਹੀਦਾ। ਆਹ ਦੇਖੋ ਕਿਤੇ ਵੀ ਕੋਈ ਵੀ ਉਹ ਕਮੀ ਨਹੀਂ ਆਉਂਦੀ। ਕਿਸਾਨ ਵੀਰੋ, ਆਪਾਂ ਨੂੰ ਕੁਦਰਤ ਨਾਲ ਜ਼ਰੂਰ ਜੁੜਨਾ ਚਾਹੀਦਾ, ਉਹ ਤੋਂ ਜ਼ਹਿਰ ਮੁਕਤ। ਦੇਖੋ ਹੁਣ ਧਰਤੀ ਨੂੰ ਮਾਤਾ ਕਿਉਂ ਗਿਆ ਹੈਗਾ, ਆਪਾਂ ਘਰ ਆਉਂਦੇ ਆਪਣੀ ਮਾਂ ਕੋਲ ਤਾਂ ਵੀ ਕੁਝ ਨਾ ਕੁਝ ਖਾਣ ਨੂੰ ਦਿੰਦੇ ਸੀ, ਹੁਣ ਜਦੋਂ ਕੁਦਰਤੀ ਖੇਤੀ ਕਰਾਂਗੇ ਆਪਣੀ ਧਰਤੀ ਮਾਤਾ ਇਹ ਸਾਨੂੰ ਮਤਲਬ ਜੇ ਇਸ ਤਰ੍ਹਾਂ ਦੇ ਰੁੱਖ ਹੋਣ ਵੀ ਸਾਡੇ ਕੋਲ ਸਾਰਾ 12 ਦੇ 12 ਮਹੀਨੇ ਫਰੂਟ ਹੋਵੇ ਤਾਂ ਇਹ ਧਰਤੀ ਦੇ ਸਕਦੀ ਆ। ਆਹ ਜਿਹੜਾ ਫਲ ਹੈ ਜੀ, ਇਹਦਾ ਉੱਚਾ ਫਲ ਤਾਂ ਸਾਰਾ ਪੰਛੀਆਂ ਨੇ ਖਾ ਲਿਆ ਪਰ ਆਪਾਂ ਨੀਵਾਂ ਨਹੀਂ ਤੋੜਿਆ। ਸੋ ਆਹ ਦੇਖੋ ਇਹ ਮਤਲਬ ਟਾਹਣੀਆਂ ਇਸ ਤਰ੍ਹਾਂ ਭਰ ਜਾਂਦੀਆਂ ਨੇ। ਇਹ ਜਿਵੇਂ ਨਰਮਾਦਾ ਹੁੰਦੇ ਨੇ ਜੀ, ਮੈਨੂੰ ਹੁਣ ਇਹ ਬੂਟੇ ਦਾ ਨਾਂ ਦਿਮਾਗ 'ਚੋਂ ਨਿਕਲ ਗਿਆ, ਪਰ ਉੱਚੀਆਂ ਟਾਹਣੀਆਂ ਇਹ ਛੋਟਾ ਹੁੰਦਾ ਜੀ ਆਲੂ ਬੁਖਾਰੇ ਨਾਲ, ਪਰ ਇਹ ਆਲੂ ਬੁਖਾਰੇ ਦੇ ਕੋਲ ਹੋਣਾ ਜ਼ਰੂਰੀ ਆ। ਇਹ ਵੀ ਆਪਣਾ ਰੰਗ ਬਦਲ ਰਿਹਾ। ਸੋ ਕਿਸਾਨ ਵੀਰੋ, ਆਪਾਂ ਨੂੰ ਕੁਦਰਤੀ ਖੇਤੀ ਵਿੱਚ ਹਰ ਤਰ੍ਹਾਂ ਦਾ ਫਰੂਟ ਆਪਣੇ ਖੇਤ ਵਿੱਚ ਉਗਾਉਣਾ ਚਾਹੀਦਾ। ਇੱਕ ਤਾਂ ਆਪਾਂ ਵਾਤਾਵਰਨ ਨੂੰ ਵਧੀਆ ਬਣਾਵਾਂਗੇ, ਇੱਕ ਆਪਾਂ ਸ਼ੁੱਧ ਭੋਜਨ ਪੈਦਾ ਕਰਾਂਗੇ। ਸੋ ਇਸ ਤਰ੍ਹਾਂ ਬਹੁਤ ਘੱਟ ਸਾਂਭ ਸੰਭਾਲ ਨਾਲ, ਬਹੁਤ ਘੱਟ ਮਿਹਨਤ ਨਾਲ ਆਪਾਂ ਕੁਦਰਤੀ ਖੇਤੀ ਕਰ ਸਕਦੇ ਹਾਂ। ਇਹਦਾ ਇੱਕ ਡਰ ਹੈ, ਜਿੱਦਣ ਤੁਸੀਂ ਆਪਣੇ ਡਰ ਨੂੰ ਦਿਮਾਗ 'ਚੋਂ ਕੱਢਤਾ ਵੀ ਕੁਝ ਨਹੀਂ ਹੁੰਦਾ ਦੇਖੀ ਜਾਊਗੀ,
ਜੋ ਹੁਣ ਪਰਮਾਤਮਾ ਦੀ ਰਜ਼ਾ 'ਚ ਹੀ ਹੋ ਰਿਹਾ ਤਾਂ ਤੁਹਾਡੇ ਕੋਲ ਉਹ ਫਲਦਾਰ ਬੂਟੇ ਬਹੁਤ ਜ਼ਿਆਦਾ ਹੋ ਸਕਦੇ ਨੇ ਅਤੇ ਇੱਕ ਵਧੀਆ ਫਰੂਟ ਤਿਆਰ ਹੋ ਜੂਗਾ, ਜਿਵੇਂ ਆਹ ਅੱਕ ਹੈ ਜੀ, ਇਹ ਵੀ ਇੱਕ ਜੜੀ ਬੂਟੀ ਆ, ਵੀ ਲੁਪਤ ਹੋ ਰਹੇ ਨੇ, ਇਹਦੀ ਜਗ੍ਹਾ ਦੂਜੇ ਆ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਤੁਹਾਡੇ ਕੋਲ ਮਤਲਬ ਹਰ ਤਰ੍ਹਾਂ ਦਾ ਫਲ ਤਿਆਰ ਹੋ ਸਕਦਾ, ਹਰੇਕ ਤਰ੍ਹਾਂ ਦਾ ਬੂਟਾ। ਇਹ ਆਪਣੇ ਤੋੜੀ ਵੀ ਜਾਂਦੇ ਅਲੱਗ ਅਲੱਗ ਕਿਸਮਾਂ ਦੇ ਨੇ ਜੀ, ਫਿਰ ਹੁਣ ਤੁਸੀਂ ਇਹ ਦੇਖੋ ਬਿੱਲ ਕਿਵੇਂ ਲੱਗੇ ਹੋਏ ਨੇ। ਸੋ ਇਹ ਇੱਕ ਛੋਟੇ ਸਾਈਜ਼ ਦਾ ਦੇਸੀ ਬਿੱਲ ਆ ਜੀ, ਹੱਥ 'ਚ ਫੜੇ ਦਾ ਪਤਾ ਲੱਗਦਾ। ਸੋ ਸਾਬੀ ਨੂੰ ਆਪਾਂ ਨੂੰ ਕੁਦਰਤੀ ਖੇਤੀ ਨਾਲ ਜੁੜ ਕੇ ਫਲਦਾਰ ਬੂਟੇ ਲਾ ਕੇ ਆਪਣੇ ਵਾਤਾਵਰਨ ਨੂੰ ਵਧੀਆ ਬਣਾਉਣਾ ਚਾਹੀਦਾ ਅਤੇ ਆਪਣੀ ਰਸੋਈ ਲਈ ਪੈਦਾ ਕਰੀਏ। ਸਮਾਂ ਸੀ ਜਦੋਂ ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਸੀ ਤਾਂ ਉਸ ਸਮੇਂ ਇਹ ਗੱਲ ਕਹੀ ਜਾਂਦੀ ਸੀ ਵੀ ਕਿਸਾਨ ਕੋਲ ਸਿਰਫ ਲੂਣੇ ਮੁੱਲ ਲੈਣ ਨੂੰ ਆ, ਬਾਕੀ ਕੁਝ ਵੀ ਮੁੱਲ ਲੈਣ ਨੂੰ ਨਹੀਂ, ਸਾਰਾ ਕੁਝ ਕਰਦਾ ਹੁੰਦਾ ਸੀਗਾ। ਫਿਰ ਸਮਾਂ ਬਦਲਿਆ ਅਤੇ ਖੇਤਾਂ ਦਾ ਡਿਮਾਂਡ ਬਿਲਕੁਲ ਨਹੀਂ ਤੀ ਹੁੰਦੀ, ਖੇਤਾਂ ਨੂੰ ਵੀ ਉਹ ਆਪਣੇ ਕੋਲੋਂ ਹੀ ਉਹ ਹਿਸਾਬ ਨਾਲ ਪੈਦਾ ਕਰਕੇ ਦਿੰਦੇ ਰਹਿੰਦੇ ਸਨ। ਪਰ ਅੱਜ ਸਾਡੇ ਖੇਤਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ, ਉਹਨਾਂ ਨੂੰ ਵੀ ਕੁਝ ਨਾ ਕੁਝ ਚਾਹੀਦਾ। ਜੇ ਆਪਾਂ ਖੇਤਾਂ ਨੂੰ ਐਂ ਲੱਗਦਾ ਵੀ ਨਹੀਂ ਪਾਵਾਂਗੇ ਤਾਂ ਪਤਾ ਨਹੀਂ ਕੀ ਕਮੀ ਆ ਜੂਗੀ ਮਿੱਟੀ 'ਚ। ਸੋ ਆਪਾਂ ਨੂੰ ਆਪਣੀ ਮਿੱਟੀ ਨੂੰ ਮਜ਼ਬੂਤ ਕਰਨਾ, ਬਾਕੀ ਮਿੱਟੀ ਖੁਦ ਰਿਜ਼ਲਟ ਦਊਗੀ, ਉਹ ਆਪ ਜੀ ਦੇ ਸਾਹਮਣੇ ਆ ਦੇਖੋ। ਸੋ ਇਸ ਤਰ੍ਹਾਂ ਆਪਾਂ ਆਪਣੇ ਬੂਟਿਆਂ ਨੂੰ ਵੱਧ ਉਤਪਾਦਨ ਲੈ ਸਕਦੇ ਹਾਂ, ਕੁਦਰਤੀ ਖੇਤੀ 'ਚ ਵਾਧਾ ਕਰ ਸਕਦੇ ਹਾਂ। ਸੋ ਹਰੇਕ ਬੂਟਾ ਵਧੀਆ ਰੌਣਕ ਜੇ ਹੁੰਦਾ ਕੁਦਰਤੀ ਖੇਤੀ 'ਚ। ਸੋ ਆਪਾਂ ਨੂੰ ਆਪਣੇ ਬਜ਼ੁਰਗਾਂ ਦੇ ਦੱਸੇ ਤਰੀਕਿਆਂ ਦੇ ਮੁਤਾਬਕ ਹੀ ਖੇਤੀ ਕਰਨੀ ਚਾਹੀਦੀ ਆ। ਉਹ ਖੇਤੀ ਅਸਲ ਖੇਤੀ ਸੀ ਅਤੇ ਉਹ ਸਰਬੱਤ ਦੇ ਭਲੇ ਦੀ ਖੇਤੀ ਸੀ। ਸੋ ਆਪਾਂ ਉਹ ਖੇਤੀ ਨਾਲ ਜੁੜ ਕੇ ਆਪਣੇ ਵਾਤਾਵਰਨ ਨੂੰ, ਆਪਣੀ ਖੇਤੀ ਨੂੰ ਸੋਹਣਾ ਬਣਾ ਸਕਦੇ ਹਾਂ। ਸੋ ਇਹ ਖੇਤੀ ਇੱਕ ਸਰਬੱਤ ਦੇ ਭਲੇ ਦੀ, ਸ਼ੁੱਧ ਹਵਾ ਪੈਦਾ ਕਰਨ ਵਾਲੀ ਖੇਤੀ ਹੈ ਕਿਸਾਨ ਵੀਰੋ, ਅਤੇ ਖੇਤੀ ਵਿੱਚ ਬਹੁਤ ਕੁਝ ਹੈ। ਤੁਹਾਡੀ ਰਸੋਈ ਲਈ ਇੱਕ ਖੁਰਾਕੀ ਤੱਤਾਂ ਨਾਲ ਭਰਪੂਰ ਇਸ ਖੇਤੀ ਵਿੱਚ ਆਪਾਂ ਨੂੰ ਬਹੁਤ ਕੁਝ ਮਿਲ ਸਕਦਾ। ਸੋ ਆਪਾਂ ਨੂੰ ਹਰੇਕ ਤਰ੍ਹਾਂ ਦਾ ਫਲ, ਹਰੇਕ ਤਰ੍ਹਾਂ ਦਾ ਬੂਟਾ ਖੇਤਾਂ 'ਚ ਉਗਾ ਲੈਣੇ ਚਾਹੀਦੇ ਨੇ, ਭਾਵੇਂ ਕਨਾਲ ਕਈ ਗਾਈਏ, ਤਾਂ ਕਿ ਸ਼ੁੱਧ ਭੋਜਨ ਅਤੇ ਸਸਤਾ ਭੋਜਨ ਮਿਲ ਸਕੇ। ਕਿਉਂਕਿ ਆਪਾਂ ਉਹ ਭੋਜਨ ਖਾ ਰਹੇ ਜਿਹਦੀ ਕੀਮਤ ਤਾਂ ਬਹੁਤ ਜ਼ਿਆਦਾ ਹੁੰਦੀ ਆ, ਪਰ ਉਹਦੇ ਵਿੱਚ ਖੁਰਾਕੀ ਤੱਤ ਕੀ ਨੇ, ਕੀ ਉਹ 'ਤੇ ਕੈਮੀਕਲ ਛਿੜਕਿਆ ਗਿਆ, ਉਹਨਾਂ ਚੀਜ਼ਾਂ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ ਹੁੰਦਾ।